ਫਿਰ ਆਪਾਂ ਕਿੰਗ ਮੇਕਰਾਂ ਦੀ ਵੀ ਗੱਲ ਕਰ ਲਈਏ ਮਿੰਟੂ ਜੀ ਨਾਲ ਦੀ ਨਾਲ ਨਾਲ ਦੀ ਨਾਲ ਮਿਲਣਾ ਮੋਦੀ ਸਾਹਿਬ ਤੋਂ ਗਾਣਾ ਗਾਉਂਦੇ ਹੋਣਗੇ ਗੈਰੀ ਸੰਧੂ ਵਾਲਾ ਕਿ ਵੀ ਇੱਕ ਤੇਰਾ ਸਹਾਰਾ ਮਿਲ ਜੇ ਬਸ ਸਹਾਰਿਆਂ ਦੀ ਗੱਲ ਆ ਵੀ ਚਾਹੇ ਕਿਸੇ ਨੇ ਸੱਸ ਨਾਲ ਕੋਈ ਦਗਾ ਕੀਤਾ ਸਹੁਰੇ ਨਾਲ ਦਗਾ ਕੀਤਾ ਕੋਈ ਗੱਲ ਨਹੀਂ ਆ ਜਾ ਬੇਦਰਦੀ ਸੇ ਪਿਆਰ ਕਾ ਸਹਾਰਾ ਨਾ ਮਿਲਾ ਐਸਾ ਵਿਛੜਾ ਫਿਰ ਉਹ ਦੁਬਾਰਾ ਨਾ ਮਿਲਾ ਜੀ ਤਾਂ ਐਸਾ ਕਿ ਸਹਾਰਾ ਜਿਹੜਾ ਹੈ ਨਾ ਉਹ ਮਿਲ ਜਾਂਦਾ ਹੁੰਦਾ ਜਦੋਂ ਕੋਈ ਬੰਦਾ ਟੋਲਦਾ ਸ਼ਿੱਦਤ ਦੇ ਨਾਲ ਅਤੇ ਇਸ ਤੋਂ ਵੱਡੀ ਲੋੜ ਹੋਏਗੀ ਕੀ ਪਰ ਇੱਕ ਨਾ ਬਦਰ ਸਾਹਿਬ ਬੜੇ ਤਕੜੇ ਸ਼ਾਇਰ ਹੋਏ ਨੇ ਜੀ ਉਹਨਾਂ ਦੀ ਇੱਕ ਸ਼ਾਇਰੀ ਕਿਤੇ ਪੜ੍ਹੀ ਸੀ ਥੋੜ੍ਹੀ ਬਹੁਤੀ ਯਾਦ ਆ ਉਹ ਕਹਿੰਦੇ ਕਿ ਘਰੋਂ ਪੇ ਨਾਮ ਥੇ ਨਾਮੋ ਕੇ ਸਾਥ ਅਹੁਦੇ ਥੇ ਬਹੁਤ ਤਲਾਸ਼ ਕੀਆ ਕੋਈ ਆਦਮੀ ਨਾ ਮਿਲਾ ਵਾਹ ਕਿੱਡੀ ਡੂੰਘੀ ਗੱਲ ਆ ਨਾ ਹੁਣ ਮੈਂ ਕਿਉਂ ਕਹਿ ਰਿਹਾ ਇਹਨਾਂ ਦੇ ਸੰਦਰਭ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਕਿ ਦੋ ਇਹ ਵੱਡੇ ਪਲਟੂ ਮਾਰਿਆ ਇਹ ਮੈਂ ਨਹੀਂ ਕਹਿ ਰਿਹਾ ਇਹ ਖੁਦ ਨਰਿੰਦਰ ਮੋਦੀ ਹੋਰੀ ਕਹਿ ਰਹੇ ਸੀਗੇ ਕਿਸੇ ਟਾਈਮ ਜੀ ਹੁਣ ਨਹੀਂ ਕਹਿੰਦੇ ਪਰ ਹੁਣ ਪਹਿਲੀ ਗੱਲ ਆਈ ਹੈ ਸੀਨੀਅਰ 'ਤੇ ਨਿਤਿਸ਼ ਸਮਾਜਵਾਦੀ ਬੰਦਾ ਸਮਾਜਵਾਦੀ ਲਹਿਰ 'ਚੋਂ ਨਿਕਲਿਆ ਧਰਮ ਨਿਰਪੱਖਵਾਦ ਹੋਣ ਦਾ ਦਾਅਵਾ ਕਰਦਾ 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 ਇਹਨਾਂ ਦੇ ਨਾਲ ਆ ਗਿਆ ਅਟਲ ਕਾਲ 'ਚ ਹੁੰਦਾ ਕੀ ਹੈ ਮੈਂ ਅੱਗੇ ਵੀ ਸ਼ਾਇਦ ਤੁਹਾਨੂੰ ਗੱਲ ਦੱਸੀ ਆ ਕਿ ਜਗਰਾਓਂ ਰੈਲੀ ਤੋਂ ਜ਼ਿਆਦਾ ਪੌੜਾ ਪੈ ਗਿਆ ਵੈਸੇ ਤਾਂ ਗੋਧਰਾ ਕਾਂਡ ਤੋਂ ਬਾਅਦ ਇਹਨਾਂ ਦੀ ਆਪਸ ਦੇ ਵਿੱਚ ਕੌੜੀ ਫਿੱਕੀ ਹੋਈ ਮੋਦੀ ਅਤੇ ਨਿਤਿਸ਼ ਦੀ ਮੋਦੀ ਉਸ ਵੇਲੇ ਮੁੱਖ ਮੰਤਰੀ ਸਨ ਕੋਈ ਜ਼ਿਆਦਾ ਵੱਡਾ ਕੌਮੀ ਚਿਹਰਾ ਨਹੀਂ ਸਨ ਜਗਰਾਓਂ ਰੈਲੀ ਹੁੰਦੀ ਆ ਜਗਰਾਓਂ ਰੈਲੀ 'ਚ ਦੋਨੇ ਇਕੱਠੇ ਹੋ ਗਏ ਬਾਦਲ ਸਾਹਿਬ ਉਦੋਂ ਸੀਗੇ ਦੋਨੋਂ ਇਕੱਠੇ ਹੋ ਗਏ ਅਤੇ ਪਹਿਲਾਂ ਤਾਂ ਨਾ ਨਿਤਿਸ਼ ਨੇ ਆਖਿਆ ਇਹਨੂੰ ਥੱਲੇ ਤਾਰੋ ਇਹਨੂੰ ਤੁਸੀਂ ਕਿੱਧਰ ਪਾਇਆ ਹੋ ਜਿਵੇਂ ਕਈ ਵਾਰ ਹੁੰਦਾ ਨਹੀਂ ਆਪਾਂ ਆਮ ਹੀ ਆਪਣੇ ਛੋਟੇ ਮੋਟੇ ਸਮਾਗਮ 'ਚ ਵੀ ਕਹਿੰਦੇ ਜੇ ਇਹ ਹੈ ਤਾਂ ਮੈਂ ਨਹੀਂ ਅੰਦਰ ਆਉਣਾ ਕਈ ਜਿਵੇਂ ਕਹਿ ਲਓ ਕਿ ਬਿਟਰੀ ਆਉਂਦੇ ਵੀ ਬਸ ਮੈਂ ਨਹੀਂ ਹਾਂਜੀ ਹਾਂਜੀ ਇਹ ਨਹੀਂ ਵਜਿਆ ਮੈਂ ਨਹੀਂ ਬਸ ਹਾਂਜੀ ਨਿਤਿਸ਼ ਦਾ ਪਤਾ ਸੀ ਉਸ ਟਾਈਮ ਵੀ ਉਹਨੇ ਆਖਿਆ ਇਹਨੂੰ ਥੱਲੇ ਤਾਰੋ ਬਾਦਲ ਸਾਹਿਬ ਮੈਂ ਨਹੀਂ ਆਉਣਾ ਬਾਦਲ ਸਾਹਿਬ ਗਏ ਉਹਨੇ ਆਖਿਆ ਨਿਤਿਸ਼ ਬਾਬੂ ਬੜਾ ਔਖਾ ਹੋ ਜਾਣਾ ਕੰਮ ਅਤੇ ਹੁਣ ਆ ਗਿਆ ਹੁਣ ਕੀ ਕਰੀਏ ਕੋਈ ਗੱਲ ਨਹੀਂ ਅੱਛਾ ਉਹਨਾਂ ਨੇ ਮਨਾ ਮਨੂ ਲਿਆ ਮਨਾ ਲਿਆ ਇਹ ਨਰਿੰਦਰ ਮੋਦੀ ਚਲਾਕ ਬੜਾ ਸੀ ਜਮਾਂਦਰੂ ਹੀ ਚਲਾਕ ਆ ਇਹ ਭੱਜ ਕੇ ਗਿਆ ਇਹਨੇ ਵੇਖਿਆ ਵੀ ਨਿਤਿਸ਼ ਗਰਮ ਆ ਚਲੋ ਬਹਿ ਗਏ ਕੁਰਸੀ ਇਹ ਭੱਜ ਕੇ ਗਿਆ ਇਹਨੇ ਤਾਂ ਜਾ ਕੇ ਜੱਫਾ ਪਾ ਲਿਆ ਜਿਵੇਂ ਇੱਕ ਵਾਰੀ ਰਾਹੁਲ ਗਾਂਧੀ ਨੇ ਕੀਤਾ ਸੀ ਯਾਦ ਹੈ ਤੁਹਾਨੂੰ ਜੱਫਾ ਪਾ ਲਿਆ ਕੈਮਰਾਮੈਨ ਨੂੰ ਤਾਂ ਪਹਿਲਾਂ ਤਿਆਰ ਰੱਖਦਾ ਉਹਨੇ ਕੜਿਕ 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 ਕਰਤੀ ਮੁੜ ਕੇ ਉਹ ਫੋਟੋ ਜੀ ਜਿਵੇਂ ਬਾਹਾਂ ਤਾਂ ਨੂੰ ਉਲਾਰ ਕੇ ਹੋ ਗਈ ਅੱਛਾ ਇਹ ਪਟਨਾ ਆਇਆ ਨਿਤਿਸ਼ ਆਉਂਦਿਆਂ ਨੂੰ ਉਹਨਾਂ ਨੇ ਇਸ਼ਤਿਹਾਰ ਚੇਪਿਆ ਹੋਇਆ ਐਡਾ ਭਾਜਪਾ ਵਾਲਿਆਂ ਨੇ ਜਿਹਦੇ 'ਚ ਕਿ ਬਈ ਦੋਨਾਂ ਦੀ ਫੋਟੋ ਲਾਤੀ ਨਾਲ ਇਹ ਵੀ ਲਿਖ ਦਿੱਤਾ ਕਿ ਜਦੋਂ ਹੜ੍ਹ ਆਏ ਸੀਗੇ ਮੋਦੀ ਸਾਹਿਬ ਨੇ ਸਭ ਤੋਂ ਜ਼ਿਆਦਾ ਸਹਾਇਤਾ ਕੀਤੀ ਇਹਨੇ ਆਖਿਆ ਪਹਿਲਾਂ ਤਾਂ ਪੈਸੇ ਵਾਪਸ ਚੱਕੋ ਇਹਨਾਂ ਦੇ ਵਾਪਸ ਕਰੋ ਜਿਹੜਾ ਇਹਨਾਂ ਤੋਂ ਆਇਆ ਮਾਲੀਆ ਮੇਰੀ ਫੋਟੋ ਲਾਓ ਇਹਨਾਂ ਨਾਲੋਂ ਦੂਜਾ ਕੀ ਹੋਇਆ ਕਿ ਉਦੋਂ ਭਾਜਪਾ ਦੀ ਨਾ ਗਾਂ ਜਾ ਕੇ ਕਾਰਜਕਾਰਨੀ ਦੀ ਉੱਥੇ ਬੈਠਕ ਸੀ ਇਹਨਾਂ ਨੇ ਡਿਨਰ ਕੀਤਾ ਅਤੇ ਐਂ ਮਤਲਬ ਕਿ ਮਟਰ ਮਸ਼ਰੂਮ ਬਣੇ ਅਤੇ ਉੱਥੇ ਵਾਸ਼ਨਾ ਪਈ ਆਵੇ ਮਸਾਲਿਆਂ ਦੀ ਗੰਢੇ ਗੁੰਡੇ ਟਮਾਟਰ ਭਾਜਪਾ ਵਾਲੇ ਦੰਦ ਤਿੱਖੇ ਕਰਕੇ ਆਏ ਕਿ ਚਲੋ ਨਿਤਿਸ਼ ਦੇ ਭੋਜ 'ਤੇ ਜਾਣਾ ਉਹਨੇ ਰਾਤੋਂ ਰਾਤ ਉਹਨੇ ਆਖਿਆ ਕੈਂਸਲ ਆ ਸਾਰਾ ਕੁਛ ਮੈਂ ਨਹੀਂ ਜੀ ਕਰਨਾ ਉਹ ਤੋਂ ਬਾਅਦ ਫਿਰ ਤੁਹਾਨੂੰ ਪਤਾ 14 'ਚ ਲੜੇ ਆਪਸ 'ਚ ਵੱਖ ਹੋਇਆ ਫਿਰ ਲਾਲੂ ਯਾਦਵ ਹੋਰਾਂ ਨਾਲ ਚਲੇ ਗਿਆ ਫਿਰ ਤੁਹਾਡੇ ਸਾਹਮਣੇ ਆ ਇੱਧਰ ਨੂੰ ਆ ਗਿਆ ਫਿਰ ਪਲਟੀ ਮਾਰੀ ਫਿਰ ਹੁਣ ਇੱਧਰ ਨੂੰ ਤੁਰਿਆ ਫਿਰਦਾ ਯਾਨੀ ਤੁਸੀਂ ਇਹ ਵੇਖੋ ਕਿ ਜਿਹੜਾ ਰੋਡ ਸ਼ੋਅ ਹੋਇਆ ਉਹਦੇ 'ਚ ਇਹਨੂੰ ਫੁੱਲ ਫੜਾਇਆ ਕਮਲ ਵਾਲਾ ਐਂ ਜਿਵੇਂ ਮੰਨ ਲਓ ਕੋਈ
ਵਿਆਹ ਦੇ ਵਿੱਚ ਜਾਂਦਾ ਤਾਂ ਅਗਲੇ ਨੂੰ ਤਾਂ ਇਹ ਹੋਵੇ ਕਿ ਵੀ ਸਰਬਾਲਾ ਬਣੂੰਗਾ ਅਤੇ ਉਹਨੂੰ ਕੈਮਰੇ ਵਾਲੀ ਉਹ ਜਿਹੜੀ ਹੁੰਦੀ ਹੈ ਲਾਈਟ ਜੀ ਫੜਾਈ ਹੋਵੇ ਕਿ ਚੰਗੀ ਫੋਟੋ ਆ ਜਾਏਗੀ ਤੂੰ ਕੈਮਰਾਮੈਨ ਦੇ ਨਾਲ ਲਾਈਟ ਚੁੱਕੀ ਫਿਰ ਤੇਰੀ ਡਿਊਟੀ ਇੱਧਰ ਇਸ ਤਰ੍ਹਾਂ ਉਹਨੂੰ ਫੁੱਲ ਜਿਹਾ ਫੜਾਇਆ ਅਤੇ ਇਹ ਘਾਉਂ ਜਿਹਾ ਕਰਦਾ ਅਤੇ ਉਹਨੂੰ ਹਿੱਕ ਨਾਲ ਲਾਈ ਫਿਰਦਾ ਅਤੇ ਜਿਹੜੀ ਗੱਲ ਦੂਜੇ ਦੀ ਆ ਮਤਲਬ ਕਿ ਜੇ ਤਾਂ ਸਿਆਸੀ ਤੌਰ 'ਤੇ ਬੇਸ਼ਰਮਨਾ ਬੰਦਾ ਹੋਵੇ ਅਤੇ ਇਹ ਬੰਦਾ ਨਰਿੰਦਰ ਮੋਦੀ ਦੇ ਲਾਗੇ ਨਾ ਲੱਗਦਾ ਪਰ ਇਹ ਕਈ ਵਾਰੀ ਲਾਗੇ ਲੱਗਾ ਕਈ ਵਾਰ ਨਰਿੰਦਰ ਮੋਦੀ ਤੋਂ ਇਹਨੂੰ ਮੁਸ਼ਕ ਆਇਆ ਹੁਣ ਦੂਸਰਾ ਜਿਹਦੀ ਤੁਸੀਂ ਗੱਲ ਕੀਤੀ ਆ ਉੱਤੇ ਵੀ ਲਿਖਿਆ ਜਿਹੜਾ ਹੈਗਾ ਨਾ ਇਹ ਚੰਦਰਾ ਬਾਬੂ ਨਾਇਡੂ ਹਜ਼ੂਰ ਇਹ ਜਦੋਂ ਐਮਰਜੈਂਸੀ ਲੱਗੀ ਆ ਉਸ ਵੇਲੇ ਸੰਜੇ ਗਾਂਧੀ ਦਾ ਵਿਸ਼ਵਾਸ ਪਾਤਰ ਬਣ ਗਿਆ ਅੱਛਾ ਜੀ ਪੜ੍ਹਦਿਆਂ ਹੀ ਮਤਲਬ ਕਿ ਉਦੋਂ ਮਾਸਟਰਸ ਕਰਦਾ ਸੀਗਾ ਸ਼ਾਇਦ ਇਹ ਐਮਰਜੈਂਸੀ ਦਾ ਖੈਰ ਖਵਾ ਰਿਹਾ ਹਿਸਾਬ ਲਾ ਲਓ ਅੱਛਾ ਐਮਰਜੈਂਸੀ 'ਚ ਕੰਮ ਕੀਤਾ ਉਹਨਾਂ ਨੇ ਆਖਿਆ ਠੀਕ ਹੈ ਕੰਮ ਦਾ ਬੰਦਾ ਆ ਇਹਨੂੰ ਰਾਜ ਸਭਾ 'ਚ ਘਲਾ ਦਿਓ ਰਾਜ ਸਭਾ 'ਚ ਗਿਆ ਅਤੇ ਮੰਤਰੀ ਬਣ ਗਿਆ ਸਰਕਾਰ ਦੇ ਵਿੱਚ 80 ਤੋਂ 83 ਤੱਕ ਇਹਦੀ ਉੱਥੇ ਉਸ ਟਾਈਮ ਹੁੰਦਾ ਸੀ ਕਾਂਗਰਸ ਦੇ ਵਿੱਚ ਐਂਟੀ ਰਾਮਾ ਰਾਵ ਬੜਾ ਤਕੜਾ ਫਿਲਮ ਸਟਾਰ ਸੀ ਕਿਤੇ ਗੂਗਲ ਕਰਕੇ ਦੇਖਿਓ ਉਹ ਫਿਰ ਇੱਧਰ ਆ ਗਿਆ ਸੀਗਾ ਮਤਲਬ ਕਾਂਗਰਸ ਦੇ ਵਿੱਚ ਐਂਟੀ ਆਰ ਉਹਦੇ ਨਾਲ ਇਹਦੀ ਜਦੋਂ ਨਜ਼ਦੀਕੀ ਹੋਈ ਦੋਨੇ ਇੱਕੋ ਸਟੇਟ ਤੋਂ ਸਨ ਇਹਨੇ ਕਿਤੇ ਉਹਦੀ ਕੁੜੀ ਨਾਲ ਕਰ ਲਈ ਸੈਟਿੰਗ ਭੁਵਨੇਸ਼ਵਰੀ ਉਹਦਾ ਨਾਮ ਸੀ ਅੱਛਾ ਜੀ ਦੋਨਾਂ ਦਾ ਵਿਆਹ ਹੋ ਗਿਆ ਦੋਨਾਂ ਦਾ ਵਿਆਹ ਹੋ ਗਿਆ ਅਤੇ ਮੁੜ ਕੇ ਕਾਂਗਰਸ ਤੋਂ ਜੁਦਾ ਹੋ ਕੇ ਐਨ ਟੀ ਆਰ ਨੇ ਬਣਾ ਲਈ ਆਪਦੀ ਪਾਰਟੀ ਸਰਕਾਰ ਬਣ ਗਈ 1 ਸਤੰਬਰ 1995 ਨੂੰ ਇਹਨੇ 216 ਦੇ ਵਿੱਚੋਂ 198 ਵਿਧਾਇਕ ਤੋੜੇ ਸੁੱਤੇ ਪੈਣ ਤਖਤਾ ਪਲਟ ਕਰ ਦਿੱਤਾ ਆਪਦੇ ਸਹੁਰੇ ਦਾ ਸਹੁਰਾ ਵੀ ਨਹੀਂ ਛੱਡਿਆ ਐਸਾ ਕੋਈ ਸਗਾ ਨਹੀਂ ਜਿਸੇ ਹਮਨੇ ਠਗਾ ਨਹੀਂ ਹੈ ਤਾਂ ਗੱਲ ਇਹ ਆ ਕਿ ਜਦੋਂ ਉੱਠਿਆ ਤਾਂ ਮਤਲਬ ਕਿ ਭੂਆ ਹੋ ਗਈ ਉਹਦੀ ਅਤੇ ਵਿਆਹ ਕੀ ਬਣ ਗਿਆ ਉਹ ਤੋਂ ਬਾਅਦ ਉਹਨੇ ਬਦਸੀਸ ਦਿੱਤੀ ਉਹਨੇ ਆਖਿਆ ਮੈਂ ਮੇਰੀ ਹਾਲਤ ਸ਼ਾਹਜਹਾਂ ਵਰਗੀ ਹੋ ਗਈ ਜੇ ਜੋ ਔਰੰਗਜ਼ੇਬ ਨੇ ਕੀਤਾ ਸੀ ਮੇਰੇ ਨਾਲ ਤਾਂ ਉਹ ਹੋ ਗਈਆਂ ਲੋਕੋ ਉਹ ਦੁਨੀਆ ਵਾਲਿਓ ਮੈਂ ਜਾਵਾਂ ਅਤੇ ਜਾਵਾਂ ਕਿੱਧਰ ਉਸ ਮਾਰਦਾ ਮਾਰਿਆ ਉਹਨੇ ਆਖਿਆ ਕੋਈ ਨਹੀਂ ਤੇਰੇ ਤੋਂ ਬਦਲਾ ਲਾਂਗਾ ਪੁੱਤਰ ਜੇ ਜਿਉਂਦਾ ਰਿਹਾ ਨਾ ਅਤੇ ਗੱਲਾਂ ਤੇਰੀਆਂ ਮੇਰੀਆਂ ਤਾਂ ਹੋਣਗੀਆਂ ਪਰ ਮਰ ਗਿਆ ਸੀਗਾ ਥੋੜ੍ਹੀ ਦੇਰ ਬਾਅਦ ਦਿਲ 'ਤੇ ਲਾ ਗਿਆ ਨਾ ਗੱਲ ਦਿਲ 'ਤੇ ਲੱਗੀ ਹੈ ਦੁੱਖ ਇਹੋ ਮਾਰਦਾ ਦਿਲ 'ਤੇ ਲੱਗੀ ਮਰ ਗਿਆ ਇਹ ਬੰਦਾ ਹਿਸਾਬ ਲਾ ਲਓ ਕਿ ਜਦੋਂ ਗੋਧਰਾ ਕਾਂਡ ਹੋਇਆ ਉਦੋਂ ਇਹਨੇ ਨਰਿੰਦਰ ਮੋਦੀ ਨੂੰ ਕੋਈ ਭੰਡਿਆ ਫਿਰ ਇਹਨਾਂ ਦੇ ਵਿੱਚ ਹੀ ਆ ਗਿਆ ਫਿਰ 18-19 'ਚ ਤੁਹਾਨੂੰ ਯਾਦ ਹੋਣਾ ਛੱਡ ਕੇ ਭੱਜ ਗਿਆ ਫੈਡਰਲਿਜ਼ਮ ਦੇ ਮਾਮਲੇ 'ਤੇ ਜੀ ਉਹ ਰਾਜਨੀਤਿਕ ਜ਼ਰੂਰਤਾਂ ਸੀ ਪਰ ਇਹ ਜਿਹੜੀਆਂ ਨੇ ਇਹ ਤਾਂ ਫੈਡਰਲ ਢਾਂਚੇ ਦੀਆਂ ਜ਼ਰੂਰਤਾਂ ਨੇ ਮੈਂ ਆ ਗਿਆ ਉਹਨਾਂ ਨੇ ਚੰਗਾ ਇਹਨੂੰ ਭਜਾਇਆ ਛਿੱਤਰ ਵਾਹਿਆ ਇਹਨੂੰ ਚੰਗਾ ਅੱਛਾ ਜੀ ਉਸ ਤੋਂ YSR ਵਾਲਾ ਜਿਹੜਾ ਜਗਨ ਰੈਡੀ ਆ ਉਹ ਇਹਨਾਂ ਦੇ ਨਾਲ ਰਲਿਆ ਹੀ ਸੀ ਭਾਜਪਾ ਦੇ ਨਾਲ ਅੰਦਰ ਖਾਤੇ ਉਹਨੇ ਚੰਗਾ ਇਹਨੂੰ ਤਲਪਿਆ ਫੜ ਕੇ 52-53 ਦਿਨ ਜੇਲ੍ਹ 'ਚ ਲਾਏ ਮੁੜ ਕੇ ਅਮਿਤ ਸ਼ਾਹ ਦੀਆਂ ਨੇ ਮਿੰਨਤਾਂ ਕੀਤੀਆਂ ਆ ਕੇ ਅੱਛਾ ਕਮਾਲ ਦੀ ਬਿਸ਼ਰਮ ਰਾਜਨੀਤੀ ਵੇਖੋ ਤੁਸੀਂ ਅਕਸਰ ਨਰਿੰਦਰ ਮੋਦੀ ਨੂੰ ਭਾਸ਼ਣਬਾਜ਼ੀ ਦੇ ਦੌਰਾਨ ਇਸ ਕੰਪੇਨ ਦੇ ਵਿੱਚ ਇਹ ਗੱਲ ਕਹਿੰਦੇ ਆ ਸੁਣਿਆ ਹੋਊਗਾ ਕਿ ਜੀ ਇਹ ਆਰਕਸ਼ਣ ਛੀਨ ਕਰ ਮੁਸਲਮਾਨੋ ਕੋ ਦੇ ਦੇਂਗੇ ਜੀ OBC ਵਗੈਰ ਦਾ ਅਤੇ ਕਮਾਲ ਦੀ ਗੱਲ ਆ ਕਿ ਇਸੇ ਕੰਪੇਨ 'ਚ ਆਂਧਰਾ 'ਚ ਕਿਉਂਕਿ ਵਿਧਾਨ ਸਭਾ ਇਲੈਕਸ਼ਨ ਵੀ ਸੀ ਇਹਨੇ ਬੰਦੇ ਨੇ 4% ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦੇਣ ਦਾ ਐਲਾਨ ਕੀਤਾ ਹੋਇਆ ਅੱਛਾ ਜੀ ਵੇਖੋ ਵਿਰੋਧਾਭਾਸ ਵੇਖੋ ਦੋਗਲਾਪਨ ਕਿ ਨਰਿੰਦਰ ਮੋਦੀ ਕਹਿ ਰਹੇ ਆ ਕਿ
ਇਹ ਸਾਥੋਂ ਖੋਹ ਕੇ ਓ ਬੀ ਸੀ ਵਗੈਰਾ ਤੋਂ ਖੋਹ ਕੇ ਜਿਹੜਾ ਰਿਜ਼ਰਵੇਸ਼ਨ ਆ ਉਹ ਮੁਸਲਮਾਨਾਂ ਨੂੰ ਦੇਣਗੇ, ਅਤੇ ਦੂਜੇ ਪਾਸੇ ਉਸ ਬੰਦੇ ਦੀ ਅੱਜ ਲੋੜ ਹੋਈ ਪਈ ਆ ਜਿਸ ਬੰਦੇ ਬਾਰੇ ਅਮਿਤ ਸ਼ਾਹ ਤੇ ਇਹਨੇ ਕਿਹਾ ਕਿ ਇਹਦੇ ਤੋਂ ਕਿਹੜਾ ਸੀਨੀਅਰ ਹੈ ਜਿਹਨੇ ਆਪਦਾ ਸਹੁਰਾ ਨਹੀਂ ਛੱਡਿਆ, ਜਿਹਨੇ ਹਾਰਨ ਵਾਲੇ ਰਿਕਾਰਡ ਬਣਾ ਰੱਖੇ ਆ, ਦਲ ਬਦਲੀ ਦੇ ਜਿਹਨੇ ਰਿਕਾਰਡ ਬਣਾ ਰੱਖੇ, ਇੰਨਾ ਛੱਜ 'ਚ ਪਾ ਕੇ ਇਹਨੂੰ ਛੱਡਿਆ, ਪਰ ਢੀਠ ਹੁੰਦੇ ਨੇ, ਹੁਣ ਵੇਖਿਆ ਕਿ ਗੱਫਾ ਆਊਗਾ ਅਤੇ ਉਹ ਚੜ੍ਹ ਪਿਆ ਜਹਾਜ਼ 'ਤੇ, ਨਹੀਂ ਤੂੰ ਟਿਕਟ ਕਟਾ ਲਈ ਚੋਰੀ ਚੋਰੀ 'ਤੇ ਤੁਰ ਗਈ ਜਹਾਜ਼ ਚੜ੍ਹ ਕੇ, ਇੱਥੇ ਅਗਲੇ ਨੇ ਸ਼ਰੇ ਆਉਣ ਜਹਾਜ਼ 'ਤੇ ਬੈਠ ਕੇ ਸਫ਼ਰ ਤੈਅ ਕਰ ਲਿਆ, ਰੈੱਡ ਕਾਰਪਿਟ ਦੋਵਾਂ ਪਾਸੇ ਸੀ ਦੋਵਾਂ ਨੂੰ, ਚਾਚਾ ਪਲਟੂ ਰਾਮ ਨੂੰ ਵੀ ਅਤੇ ਇਹ ਜਿਹੜਾ ਸਹੁਰੇ ਨੂੰ ਫੁੱਲ ਪਾਉਣ ਵਾਲਾ ਹੈ, ਇਹਨਾਂ ਦੋਨਾਂ ਲਈ ਰੈੱਡ ਕਾਰਪੇਟ ਸੀ, ਖੜਗੇ ਦੇ ਘਰ ਨੂੰ ਵੀ, ਮੋਦੀ ਦੇ ਘਰ ਨੂੰ ਵੀ, ਇਹਨਾਂ ਨੇ ਚੁੱਪ ਕਰਕੇ ਮੋਦੀ ਦੇ ਘਰ ਵਾਲਾ ਰੈੱਡ ਕਾਰਪੇਟ ਚੁਣ ਲਿਆ। ਪਰ ਇਹ ਐਸੇ ਦੋ ਕਹਿ ਲਓ ਕਿ ਭਾਜਪਾ ਵਾਸਤੇ ਗ੍ਰਹਿ ਬਣ ਗਏ ਨੇ, ਇਹਨਾਂ ਨੇ ਸਰਿੰਜਾਂ ਦੇ ਨਾਲ ਕੱਢ ਕੱਢ ਕੇ ਨਰਿੰਦਰ ਮੋਦੀ ਦਾ ਖੂਨ ਪੀਣਾ, ਜੇ ਵੇਖਿਓ ਵੇਖੀ ਜਾਇਓ ਤੁਸੀਂ ਕੀ ਕਰਦੇ ਆ। ਚਲੋ ਦੇਖਦੇ ਹਾਂ ਕੀ ਕਮਾਲ ਹੁੰਦਾ। ਹਾਂਜੀ ਹਾਂਜੀ, ਵੈਸੇ ਬਿਹਾਰ ਵਾਲੇ ਦੀ ਅੱਜ ਚਰਚਾ ਵੀ ਹੋ ਰਹੀ ਹੈ, ਕਹਿੰਦੇ ਕਿ ਇੱਕੋ ਜਹਾਜ਼ 'ਚ ਬਹਿ ਕੇ ਚਲੇ ਗਏ ਜੀ, ਇੱਕ ਇੰਡੀਆ ਵਾਲੇ ਪਾਸੇ। ਹਾਂ, ਉਹ ਕਹਿੰਦਾ ਚਾਚਾ ਚਾਰ ਤੋਂ ਬਾਅਦ ਹੀ ਰੰਗ ਦਿਖਾਏਗਾ। ਸੀਟ ਵੀ ਕਹਿੰਦੇ ਬਰਾਬਰ ਉੱਭਰੀ ਸੀ, ਅੱਗੇ ਪਿੱਛੇ ਸੀਗੀ, ਉਹ ਤਾਂ ਕੋਈ ਕੰਨ 'ਚ ਵੀ ਘੁਸਰ ਮੁਸਰ ਕਰ ਲਈ ਹੋਏ ਜਾਂਦੇ ਹੁੰਦੇ ਨੇ, ਪਤਾ ਨਹੀਂਗਾ। ਚਲੋ ਅੱਗੇ ਨੂੰ ਆਪਾਂ ਚੱਲ ਗਏ ਜੀ ਇੱਧਰਲੇ ਪਾਸੇ ਤੋਂ, ਬਾਈ ਆਰ ਡੀ ਦਾ ਨਾਮ ਹੀ ਬੜਾ ਖਤਰਨਾਕ ਰੱਖਿਆ, ਤੋਕੜ ਮੱਝ। ਚਲੋ ਕੰਟਰੀਬਿਊਟ ਕੀਤਾ, ਧੰਨਵਾਦ ਤੁਹਾਡਾ ਜੀ। ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਤੋਕੜ ਮੈਂ ਤੋਂ ਵੀ ਕੁਛ ਨਾ ਕੁਛ ਮਿਲ ਗਿਆ, ਤੁਸੀਂ ਇਹ ਵੀ ਕਹਿ ਸਕਦੇ ਜੀ। ਜੀ 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 ਜੀ, ਗੁਰਮੇਲ ਕੌਰ ਜੀ ਆ, ਕਹਿੰਦੇ ਜੀ ਇਲੈਕਸ਼ਨਾਂ ਖਤਮ ਹੋਊਗਾ ਜੀ ਹੁਣ ਜਲਦੀ ਜਲਦੀ, ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਰਹੀ ਹੈ ਜੀ, ਕਹਿੰਦੇ ਕਿ ਬਾਈ ਸ਼ੁਰੂ ਕਰੋ ਜੀ, ਕਹਿੰਦੇ ਕਿ ਬਾਈ ਮਿੰਟੂ ਜੀ ਕਿਹੜੀ ਫਿਲਮ ਦੀ ਸ਼ੂਟਿੰਗ ਦੀ ਗੱਲ ਚੱਲ, ਕੋਈ ਮਜ਼ਾਕ ਕਰਦੇ ਆ? ਚਲੋ ਕੋਈ ਗੱਲ ਨਹੀਂ, ਫਿਲਮ ਬਣਾਉਣੀ ਹੈ। ਜੀ ਜੀ ਜੀ, ਨਹੀਂ ਬਾਈ ਫਿਲਹਾਲ ਕੋਈ ਨਹੀਂ, ਦੱਸ ਦਿਆਂਗੇ, ਕੋਈ ਗੱਲ ਨਹੀਂ, ਜਦੋਂ ਕੋਈ ਫਿਲਮ ਦੀ ਸ਼ੂਟਿੰਗ ਆਈ ਤਾਂ ਬਿਲਕੁਲ ਮੇਰਾ ਪ੍ਰੋਫੈਸ਼ਨ ਆ ਜੀ, ਇਹੀ ਇਹਦੇ ਵਿੱਚ ਹੀ ਆ, ਮੈਂ ਸੰਤੁਸ਼ਟ ਆ। ਜਿੱਦਣ ਮੇਰੇ ਕੋਲ ਆਇਆ ਪੈਸਾ, ਫਿਲਮ ਬਣਾਊਂਗਾ, ਛੋਟੀ ਦੀ ਫਿਲਮ ਬਣਾਊਂਗਾ ਅਤੇ ਕਹਿ ਕੇ ਬਣਾਊਂਗਾ, ਆਪਾਂ ਕਿਸੇ ਤੋਂ ਕੋਈ ਸੰਗਣਾ ਜਖਣਾ ਥੋੜ੍ਹੀ ਹੈ। ਜੇ ਮੇਰਾ ਮਨ ਕੀਤਾ ਤਗੜੀ ਬਣਾਊਂਗਾ, ਜੇ ਪਰਮਾਤਮਾ ਨੇ ਉਹਨੇ ਯੋਗਾ ਕੀਤਾ ਜੀ।